बाबा आत्मा जी मुख सेवादार गुरुद्वारा शहीद बाबा दीप सिंह मेन रोड ममेरा एलानाबाद सिरसा से स्थित है। उन्होंने साहबजादियां ते माता गुजर कौर के शहीदी दिहाड़े ते सत सत नमन किया। उन्होंने कहा कि सानू गुरु गोबिंद सिंह जी अते सारे परिवार की शहीदी दिवस हमेशा याद रखना चाहिए है। धर्म की रक्षा खातर परिवार वारिया खंडे बाटे का अमृत छका के सिंह सजाया, सानू भी खंडे बाटे का अमृत छक के सिंह सजना चाहिए है। बाबा जी ने कहा कि माता गुजरी और साहबजादियों के नाल नाल बाबा जीवन सिंह अते होर सिंघां ने भी शहीदियां पाईया सन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਜੋ ਇਸ ਵਕਤ ਟੀਵੀ ਚੈਨਲਾਂ 'ਤੇ ਵੇਖ ਰਹੇ ਹੋ, ਦੁਬਾਰਾ ਫਿਰ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਜੋ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ, ਜਿਸ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਹੈ ਅਤੇ ਪਿਆਰਿਓ ਇਸੇ ਤਰ੍ਹਾਂ ਹੀ 7 ਪੋਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਅਤੇ ਸਰਸਾ ਦੇ ਕਿਨਾਰੇ 'ਤੇ ਜਦੋਂ ਵਿਛੋੜਾ ਪਿਆ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹ ਮਾਤਾ ਜੀ ਦੇ ਨਾਲ ਰਾਤ ਕੰਮੋ ਮਾਚਕੀ ਦੀ ਝੁੱਗੀ ਵਿੱਚ ਉਹਦੀ ਝੌਂਪੜੀ ਵਿੱਚ ਰਹੇ, ਜਿੱਥੇ ਲਾਗੇ ਰਹਿਣ ਵਾਲੀ ਇੱਕ ਲਕਸ਼ਮੀ ਬਾਈ ਨਾਂ ਦੀ ਪੰਡਤਾਣੀ ਨੇ ਲੰਗਰ ਬਣਾ ਕੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਖਾਇਆ। ਪਿਆਰੇ ਉਹ ਕੈਸਾ ਸਮਾਂ ਸੀ ਜਦੋਂ ਸਰਸਾ ਦੇ ਕਿਨਾਰੇ ਦੇ ਉੱਤੇ ਅਨੋਖਾ ਦੁਨੀਆ 'ਤੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਸੀ, ਜਦੋਂ ਇੱਕ ਪਾਸੇ ਸਾਜ ਖੜਕ ਰਹੇ ਸਨ ਅਤੇ ਦੂਸਰੇ ਪਾਸੇ ਤਲਵਾਰ ਖੜਕ ਰਹੀ ਸੀ। ਬਾਬਾ ਅਜੀਤ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਰੰਗਰੇਟੇ, ਭਾਈ ਉਦੇ ਸਿੰਘ ਰਠੌੜ ਵਰਗੇ ਯੋਧੇ ਜਿਨ੍ਹਾਂ ਨੇ ਕੰਧ ਬਣ ਕੇ ਦੁਸ਼ਮਣ ਨੂੰ ਰੋਕਿਆ ਅਤੇ ਸਾਰਾ ਨਿਤਨੇਮ ਅਤੇ ਆਸਾ ਦੀ ਵਾਰ ਦਾ ਕੀਰਤਨ ਹੋਇਆ। ਇੱਥੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ, ਜਿਹਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੀ ਗੜੀ ਨੂੰ, ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਇੱਕ ਪਾਸੇ ਚਲੇ ਗਏ ਅਤੇ ਤੀਸਰਾ ਹਿੱਸਾ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਾਲੇ ਪਾ ਗਏ। ਤਾਂ ਗੁਰੂ ਪਿਆਰਿਓ, 8 ਪੋਹ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੀ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਦੀ ਗੜੀ ਅੰਦਰ ਸ਼ਹੀਦੀ ਪਾਈ ਔਰ ਉੱਥੇ ਹੀ ਗੁਰੂ ਕੇ ਪਿਆਰੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਰੰਗਰੇਟੇ ਅਤੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਦੋ ਪਿਆਰਿਆਂ ਵਿੱਚੋਂ ਸ਼ਹੀਦੀ ਪ੍ਰਾਪਤ ਕਰ ਗਏ। ਇੱਥੋਂ ਸਿੰਘਾਂ ਦੇ ਕਹਿਣ 'ਤੇ, ਖਾਲਸੇ ਦੇ ਕਹਿਣ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਿੰਨਾਂ ਸਿੰਘਾਂ ਸਮੇਤ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਜਦੋਂ ਸਾਰਿਆਂ ਸਿੰਘਾਂ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਹੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਗੜੀ ਨੂੰ ਛੱਡ ਜਾਓ, ਪਰ ਮਹਾਰਾਜ ਜੀ ਨਹੀਂ ਸੀ ਚਾਹੁੰਦੇ ਛੱਡਣਾ, ਉਹ ਚਾਹੁੰਦੇ ਸਨ ਕਿ ਅਸੀਂ ਇੱਥੇ ਸ਼ਹੀਦੀ ਪ੍ਰਾਪਤ ਕਰਾਂਗੇ। ਪਰ ਪਿਆਰਿਓ, ਸਿੰਘਾਂ ਦੀ ਬੇਨਤੀ ਕਰਨ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਤਾੜੀ ਮਾਰ ਕੇ ਛੱਡਿਆ ਔਰ ਕਿਹਾ ਸੀ ਕਿ ਹਿੰਦੂਆਂ ਦਾ ਪੀਰ ਸਿੱਖਾਂ ਦਾ ਗੁਰੂ ਜਾ ਰਿਹਾ, ਜੇ ਕਿਸੇ ਦੀ ਜ਼ੁਰਤ ਅਤੇ ਫੜ ਲਓ। ਅੱਜ ਤੱਕ ਉਹ ਤਾੜੀ ਸਾਹਿਬ ਗੁਰਦੁਆਰਾ ਮਸ਼ਹੂਰ ਹੈ, ਉੱਥੋਂ ਸਤਿਗੁਰੂ ਮਹਾਰਾਜ ਜੀ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਨਾਲ ਦੇ ਤਿੰਨੇ ਸਿੰਘ ਸਾਥ ਨਾਲੋਂ ਵਿਛੜ ਗਏ। ਤਾਰੇ ਦੀ ਸਿਹਤ 'ਤੇ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਸਿੰਘੋ ਜੇ ਆਪਾਂ ਵਿਛੜ ਜਾਈਏ ਤਾਂ ਫਲਾਣੇ ਤਾਰੇ ਦੀ ਸਿਹਤ ਨੂੰ ਆਉਣਾ। ਮਾਛੀਵਾੜੇ ਦੇ ਜੰਗਲਾਂ ਵਿੱਚ ਜੰਡ ਦੇ ਥੱਲੇ ਕੱਚੀ ਟਿੰਡ ਦਾ ਸਿਰਹਾਣਾ ਲਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਏ ਹੋਏ ਨੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਆਕਾਸ਼ ਤੋਂ ਉਹਨਾਂ ਦੀਆਂ ਰੂਹਾਂ ਸੱਚਖੰਡ ਨੂੰ ਜਾ ਰਹੀਆਂ ਨੇ। ਪਿਤਾ ਜੀ ਫਤਿਹ ਬੁਲਾਈ, ਅਸੀਂ ਸੱਚਖੰਡ ਨੂੰ ਜਾ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਪਿਆਰਿਓ ਸੁਨੇਹਾ ਦਿੱਤਾ ਸੀ ਦੋਵਾਂ ਸਾਹਿਬਜ਼ਾਦਿਆਂ ਨੂੰ, ਉੱਥੇ ਸ਼ਬਦ ਗਾਵਿਆ ਸੱਦ ਗਾਈ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ,
ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਰਹਿਣਾ। ਤਾਂ ਗੁਰੂ ਪਿਆਰਿਓ ਇੱਥੇ ਸੱਚੇ ਪਾਤਸ਼ਾਹ ਟਿੰਡ ਦਾ ਸਰਾਣਾ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁੱਤੇ, ਉੱਧਰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਪਿਆਰਿਓ ਕੰਮੋ ਮਾਸਕੀ ਦੀ ਝੁੱਗੀ ਵਿੱਚ ਰਾਤ ਰਹਿਣ ਤੋਂ ਉਪਰੰਤ ਉੱਥੇ ਹੀ ਗੰਗੂ ਬ੍ਰਾਹਮਣ ਮਿਲਿਆ ਜਿਹੜਾ 21-22 ਸਾਲ ਗੁਰੂ ਘਰ ਸੇਵਾ ਕਰਕੇ ਲੰਗਰ ਪਾਣੀ ਛਕਦਾ ਸੀ। ਮਾਤਾ ਜੀ ਮੇਰਾ ਨਗਰ ਨੇੜੇ ਆ, ਚਲੋ ਮੇਰੇ ਨਗਰ ਚੱਲੋ। ਪਿਆਰਿਓ ਆਪਣੇ ਘਰ ਵਿੱਚ ਲੈ ਗਿਆ, ਸਾਰੀ ਦੁਨੀਆ ਜਾਣਦੀ ਹੈ, ਮਾਇਆ 'ਤੇ ਬੇਈਮਾਨ ਹੋ ਕੇ ਰਾਤ ਨੂੰ ਰੌਲਾ ਪਾ ਦਿੱਤਾ, ਚੋਰ ਪੈ ਗਏ। ਮਾਤਾ ਜੀ ਨੇ ਕਿਹਾ ਗੰਗਿਆ ਰੌਲਾ ਨਾ ਪਾ, ਕੋਈ ਗੱਲ ਨਹੀਂ, ਜੇ ਮਾਇਆ ਸਾਂਭ ਲਈ ਤਾਂ ਮਾਇਆ ਦੀ ਕਿਹੜੀ ਗੱਲ ਹੈ, ਅਤੇ ਅੱਖਾਂ ਦੀ ਮਹਿਲ ਹੈ। ਤਾਂ ਗੁਰੂ ਪਿਆਰਿਓ ਇਸ ਗੱਲ ਤੋਂ ਤੁਸੀਂ ਸਾਨੂੰ ਚੋਰ ਬਣਾਇਆ, ਅਤੇ ਮੋਰਿੰਡੇ ਦੇ ਥਾਣੇ ਵਿੱਚ ਜਾ ਕੇ ਜਾਨੀ ਖਾਂ ਮਾਨੀ ਖਾਂ ਨੂੰ ਰਿਪੋਰਟ ਕਰ ਦਿੱਤੀ ਔਰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸੇ ਤਰ੍ਹਾਂ 11 ਵਾਹਿਗੁਰੂ 9 ਪੋਹ ਨੂੰ ਗ੍ਰਿਫਤਾਰ ਕਰਵਾਇਆ ਅਤੇ 10 ਪੋਹ ਨੂੰ ਸਰਹੰਦ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬੰਦ ਕਰ ਦਿੱਤਾ। ਗੁਰੂ ਪਿਆਰਿਓ 3 ਪੇਸ਼ੀਆਂ ਉਸ ਵੇਲੇ ਹੋਈਆਂ ਸੀ ਸਾਹਿਬਜ਼ਾਦਿਆਂ ਦੀਆਂ, ਅਤੇ ਕੋਈ ਲੀੜਾ ਨਹੀਂ, ਕੋਈ ਕੱਪੜਾ ਨਹੀਂ। ਵੇਖੋ ਠੰਡਾ, ਜਿਹੜਾ ਗਰਮੀਆਂ ਦੇ ਵਿੱਚ ਵੀ ਠੰਡਾ ਬੁਰਜ ਜੀ ਦਾ ਨਾਂ ਸੀ, ਸਿਆਲਾਂ 'ਚੋਂ ਕੈਸੀ ਅੱਜ ਦੀਆਂ ਕਕਰੀਲੀਆਂ ਰਾਤਾਂ, ਕੈਸੀ ਰਾਤ ਹੋਵੇਗੀ, ਜਿਹੜੀਆਂ ਰਾਤਾਂ 3 ਰਾਤਾਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਕੱਟੀਆਂ। ਪਿਆਰਿਓ ਉੱਥੇ ਹੀ ਮੋਤੀ ਰਾਮ ਮਹਿਰੇ ਦਾ ਨਾਮ ਰਹੇ ਬਿਨਾਂ ਵੀ ਨਿਧਿਆ ਜਾ ਸਕਦਾ, ਜਿਨ੍ਹਾਂ ਨੇ ਮਹਾਨ ਸੇਵਾ ਕੀਤੀ, ਦੁੱਧ ਲਿਆ ਕੇ ਛਕਾਇਆ ਰਾਤ ਦੇ ਸਮੇਂ ਗਰਮ ਗਰਮ, ਅਤੇ ਇਸ ਦੁੱਧ ਦੇ ਬਦਲੇ ਸਾਰਾ ਪਰਿਵਾਰ ਕੁੱਲ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਮੋਤੀ ਰਾਮ ਮਹਿਰੇ ਦਾ। ਅਤੇ ਇੱਥੇ ਹੀ ਗੁਰੂ ਪਿਆਰਿਓ ਆਖਰ 3 ਪੇਸ਼ੀਆਂ ਤੋਂ ਬਾਅਦ ਅੱਜ ਵਾਲੇ ਦਿਨ 13 ਪੋਹ ਵਾਲੇ ਦਿਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਗੁਰੂ ਪਿਆਰਿਓ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਸ ਵੇਲੇ ਮਹਾਨ ਸੂਰਬੀਰ ਬਾਬਾ ਟੋਡਰ ਮੱਲ ਜੈਨ ਬਾਣੀਆ ਸਮਾਜ ਵਿੱਚੋਂ ਪਿਆਰਿਓ ਉਹਨੇ ਕੰਗਣੀ ਭਰਨੇ ਮੋਹਰਾਂ ਰੱਖ ਕੇ ਉਹ ਜਗ੍ਹਾ ਮੁੱਲ ਲੈ ਕੇ ਜੋਤੀ ਸਰੂਪ ਵਾਲੀ ਜਗ੍ਹਾ ਉੱਥੇ ਮਾਤਾ ਗੁਜਰ ਕੌਰ ਅਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ। ਇਹ ਉਹਨਾਂ ਦੀ ਮਹਾਨ ਲਸਾਨੀ ਸ਼ਹੀਦੀ ਹੈ। ਬਚਨ ਤਾਂ ਬਹੁਤ ਨੇ ਪਰ ਗੁਰੂ ਪਿਆਰਿਓ ਇਹੋ ਜਿਹੇ ਸਮੇਂ ਇੰਨੀ ਕੁ ਗੱਲ ਕੀਤੀ ਜਾ ਸਕਦੀ ਹੈ। ਸੋ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮਹਾਨ ਸ਼ਹੀਦੀ ਪੁਰਬ 'ਤੇ ਉਹਨਾਂ ਮਹਾਨ ਨਿੱਕੀਆਂ ਜਿੰਦਾਂ ਵੱਡੇ ਸਾਕੇ ਉਹ ਬਾਬਿਆਂ ਨੂੰ ਦਾ ਇਤਿਹਾਸ ਉਜਾਗਰ ਕਰਨ ਵਾਸਤੇ, ਲੋਕਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹ ਬਹੁਤ ਚੰਗਾ ਉਪਰਾਲਾ ਕੀਤਾ। ਸਮੁੱਚੀਆਂ ਸੰਗਤਾਂ ਦਾ ਅਤੇ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।